ਹੁਸ਼ਿਆਰਪੁਰ ਨਜ਼ਦੀਕੀ ਪਿੰਡ ਹਰਗੜ ਵਿਖੇ ਘਰ ਵਿੱਚ ਇਕੱਲੇ ਰਹਿ ਰਹੇ ਵਕੀਲ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਏ। ਕਤਲ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਤਿੰਦਰ ਕੁਮਾਰ ਚੱਡਾ ਤੇ ਥਾਣਾ ਬੁੱਲੋਵਾਲ ਦੇ ਐਸਐਚਓ ਅਜਮੇਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਐਡਵੋਕੇਟ ਮਲਕੀਤ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਹਰਗੜ ਵਜੋਂ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸਤਿੰਦਰ ਕੁਮਾਰ ਚੱਡਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਮਾਮਲਾ ਲੁੱਟਖੋਹ ਦਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। देखो हजे तक जिहड़ा मौका देखण तों सानूं पता लगा है इहदा नाम मलकीत सिंह सानूं संसार सिंह हरगढ़ पिंड है। इन्हां दा 65 साल एज आ और ये एडवोकेट ने कल्ले रहिंदे सीगे। इन्हां दा एक बेटा चंडीगढ़ पढ़दा और एक बेटा हले बाहर आ किते। इन्हां नूं जिहड़े आ कतल किया गया क्योंकि हाथ पैर बन्ने हुए मिले ने और समान खिलरिया होया मिलिया समान दा जिहदे ते असीं तफतीश कर रहे हां। लुटखोह दी नीयत नाल फस्ट एंगल तों लगदा हैगा है। बाकी तफ्तीश का दायरा जो सामने आएगा पता लगेगा। सीसीटीवी चेक कर रहे हैं, अगर कोई आया तो जरूर दसूंगा।